लोकसभा चुनाव में जीत हासिल करने के लिए कांग्रेसियों ने अभी से जुगत लगानी शुरू कर दी है। वर्करों को लुभाने के लिए तरह तरह के ऑफर्स देने शुरू कर दिए हैं। कांग्रेसी विधायक संजय तलवार ने सांसद रवनीत सिंह बिट्टू को लोकसभा चुनाव में ज्यादा से ज्यादा वोट दिलाने वाले काउंसलर के लिए फैमिली सहित फ्री दुबई ट्रिप देने की घोषणा की है। हाँ, एक ऐसी नवी अनाउंसमेंट की है कि 2019 ਦੇ ਵਿੱਚ ਜਿਹੜਾ ਕਾਉਂਸਲਰ ਸਭ ਤੋਂ ਵੱਧ ਵੋਟਾਂ ਨਾਲ ਵਾਰਡ ਜਿੱਤੇਗਾ, ਸੇਮ ਪਰਸੈਂਟੇਜ ਜੋ ਅਸੀਂ ਹੁਣ ਤਰੀਕਾ ਕੱਢਿਆ ਉਸ ਹਿਸਾਬ ਦੇ ਨਾਲ, ਅਤੇ ਉਹਦੀ ਪੂਰੀ ਫੈਮਲੀ ਮਤਲਬ ਹਸਬੈਂਡ ਵਾਈਫ ਔਰ ਜਿੰਨੇ ਵੀ ਉਹਨਾਂ ਦੇ ਬੱਚੇ ਹੋਣਗੇ, 3 ਨਾਈਟਸ 4 ਡੇ ਦਾ ਦੁਬਈ ਦਾ ਟ੍ਰਿਪ ਮੈਂ ਆਪਣੇ ਵੱਲੋਂ ਅਨਾਊਂਸ ਕੀਤਾ। ਇਟਸ ਏ 5-star ਹੋਟਲ ਹੋਏਗਾ, ਮਤਲਬ 1 ਕਲਾਸ ਟੂਰ ਹੋਏਗਾ। ਉਨਕੇ ਇਸੀ ਬਿਆਨ ਪਰ ਇੱਕ ਵਾਰ ਫਿਰ ਅਕਾਲੀ ਦਲ ਕੇ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਚੁਟਕੀ ਲਈ। ਮੈਂ ਸਮਝਦਾ ਕਿ ਕਾਂਗਰਸ ਸਰਕਾਰ ਬੁਖਲਾ ਚੁੱਕੀ ਹੈ, ਇਹਨਾਂ ਕੋਲ ਦਿਖਾਉਣ ਵਾਸਤੇ ਕੁਛ ਨਹੀਂ ਹੈਗਾ। ਜਿਹੜੇ ਕੰਮ ਵਾਅਦੇ ਕਰਕੇ ਲੋਕਾਂ ਦੇ ਵਿੱਚ ਆਏ ਸੀ, ਅੱਜ ਬਿਲਕੁਲ ਉਲਟ ਹੋਣੇ ਗੱਲਾਂ ਕਰ ਰਹੇ। ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰ ਰਿਹਾ ਕਿ ਜੇ ਤੁਹਾਡਾ ਕੌਂਸਲਰ ਦਾ ਵਾਰਡ ਜਿੱਤਿਆ ਜਾਊਗਾ ਤਾਂ ਤੁਹਾਨੂੰ ਦੁਬਈ ਦੇ ਝੂਟੇ ਦਿੱਤੇ ਜਾਣਗੇ। ਮੈਂ ਹੈਰਾਨ ਹੁੰਦਾ ਕਿ ਤੁਸੀਂ ਇਹ ਤਾਂ ਕਿਹਾ ਜਾਵੇ ਵੀ ਵੋਟਾਂ ਵੱਧ ਨਾ ਨਿਕਲਣ। ਤੁਸੀਂ ਪਹਿਲਾਂ ਤਾਂ ਗੱਲ ਜਿਹੜਾ ਕਹਿਣ ਦਾ ਮਤਲਬ ਬਣਦਾ ਸੀ ਕਿ ਹਲੇ ਲੋਕ ਸਭਾ ਨੂੰ 9 ਮਹੀਨੇ ਜਾਂ 10 ਮਹੀਨੇ ਸਾਲ ਦੇ ਕਰੀਬ ਪਏ ਆ, ਅਤੇ ਘੱਟੋ ਘੱਟ ਇਹ ਕਹਿਣਾ ਚਾਹੀਦਾ ਸੀ ਵੀ ਜਿਹੜਾ ਵਾਰਡ ਦੇ ਵਿੱਚ ਵੱਧ ਟਾਈਮ ਦੇਊਗਾ, ਲੋਕਾਂ ਦੀਆਂ ਸਮੱਸਿਆਵਾਂ ਸੁਣੂਗਾ, ਲੋਕਾਂ ਦੇ ਕੰਮ ਕਰੂਗਾ, ਉਹਨਾਂ ਨੂੰ ਅਸੀਂ ਟੂਰ ਲੈ ਕੇ ਜਾਵਾਂਗੇ। ਪਰ ਇਹ ਕਹਿ ਰਹੇ ਵੀ ਜਿਹੜਾ ਵੋਟਾਂ ਵੱਧ ਲਊਗਾ, ਇਹਦਾ ਮਤਲਬ ਸਿਰਫ ਇਹਨਾਂ ਨੂੰ ਵੋਟ ਦੀ ਰਾਜਨੀਤੀ ਯਾਦ ਹੈ, ਹੋਰ ਕੁਛ ਯਾਦ ਨਹੀਂ। ਅੱਜ ਇਸ ਮੰਚ ਰਾਹੀਂ ਇਹ ਬੇਨਤੀ ਕਰੂੰਗਾ ਕਿ ਸੰਜੇ ਜੀ, ਲੋਕਾਂ ਨੇ ਜਿਸ ਕਰਕੇ ਤੁਹਾਨੂੰ ਜਿਤਾਇਆ ਸੀਗਾ ਕਿ ਤੁਸੀਂ ਲੋਕਾਂ ਦੇ ਕੰਮ ਕਰੋਗੇ, ਕੈਪਟਨ ਸਰਕਾਰ ਨੂੰ ਜਿਸ ਕਰਕੇ ਲਿਆਉਂਦੇ ਸੀ ਉਸ ਦੇ ਉਲਟ ਚੱਲ ਰਹੇ ਹੋ,